a South Asian Canadian channel. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਾਰ ਅਤੇ ਜਿੱਤ ਜੀਵਨ ਦਾ ਹਿੱਸਾ ਹੈ ਅਤੇ ਦੇਸ਼ ਨੂੰ ਆਪਣੇ ਖਿਡਾਰੀਆਂ ਤੇ ਮਾਣ ਹੈ। ਪ੍ਰਧਾਨ ਮੰਤਰੀ ਨੇ 올림픽 ਵਿੱਚ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ ਬੈਲਜੀਅਮ ਨਾਲ ਰੋਮਾਂਚਕ ਅਤੇ ਸਖਤ ਸੰਘਰਸ਼ ਵਾਲੇ ਮੈਚ ਵਿੱਚ ਮਿਲੀ ਹਾਰ ਦੇ ਬਾਅਦ ਇਹ ਗੱਲ ਕਹੀ ਹੈ। ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਕਿਹਾ ਕਿ ਹਾਰ ਅਤੇ ਜਿੱਤ ਜੀਵਨ ਦਾ ਹਿੱਸਾ ਹੁੰਦੀ ਹੈ। ਸਾਡਾ ਹਾਕੀ ਟੀਮ ਨੇ 올림픽 ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸੇ ਗੱਲ ਦਾ ਮਹੱਤਵ ਹੈ। ਟੀਮ ਨੂੰ ਉਹਨਾਂ ਦੇ ਅਗਲੇ ਮੈਚ ਲਈ ਸ਼ੁਭਕਾਮਨਾਵਾਂ। ਭਾਰਤ ਨੂੰ ਆਪਣੇ ਖਿਡਾਰੀਆਂ ਤੇ ਮਾਣ ਹੈ। ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਬੈਲਜੀਅਮ ਨਾਲ ਭਾਰਤੀ ਟੀਮ ਦੇ ਹਾਕੀ ਦੇ ਸੈਮੀਫਾਈਨਲ ਮੈਚ ਨੂੰ ਦੇਖ ਰਹੇ ਹਾਂ। ਜ਼ਿਕਰਯੋਗ ਹੈ ਕਿ ਜਾਪਾਨ ਦੇ ਟੋਕੀਓ ਵਿੱਚ 올림픽 ਵਿੱਚ ਭਾਰਤੀ ਟੀਮ ਦਾ ਬੈਲਜੀਅਮ ਨਾਲ ਹਾਕੀ ਸੈਮੀਫਾਈਨਲ 'ਚ ਮੁਕਾਬਲਾ ਸੀ, ਜਿਸ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। A South Asian Canadian channel.